Thank you.
ਜਿੰਨੀਆਂ ਸੰਪਰਦਾਵਾਂ ਸਨ, ਸੰਤ ਬਾਬਾ ਅਤਰ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹੋਈਆਂ ਵੀ ਮਾਸ ਖਾਣਾ ਜਿਹੜਾ ਇਹ ਸਾਡਾ ਧਰਮ ਹੈ। ਇਹ ਕੁਝ ਵਖੇਵਿਆਂ ਦੇ ਕਾਰਨ, ਇਹਨਾਂ ਇਸ਼ੂਆਂ ਦੇ ਕਾਰਨ ਅਖੀਰ ਦੇ ਉੱਤੇ ਤਕਰੀਬਨ 12 ਕੁ ਸੱਜਣ ਹੀ ਰਹਿ ਗਏ ਸਨ, ਬਾਕੀ ਸਭ ਕਹਿੰਦੇ ਸੀ ਅਸੀਂ ਵੀ ਇਸ ਦੇ ਵਿੱਚ ਗੱਲ ਸਾਰੀ ਨਹੀਂ ਬਣ। ਕੁਝ ਲੋੜਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕੁਝ ਨਿਯਮ ਬਣਾ ਕੇ ਉਸਨੂੰ ਇਹ ਰੂਪ ਦੇ ਦਿੱਤਾ ਵੀ ਇਹ ਸਰੀਤੀ ਰੋਹ ਰੀਤੀ ਦੇ ਮੁਤਾਬਕ ਹਰ ਅਸਥਾਨ ਦੇ ਉੱਤੇ ਗੁਰਮਤ ਦੇ ਇੱਕ ਪੰਜਾਂ ਤਖਤਾਂ ਵਿੱਚੋਂ ਐਸਾ ਤਖਤ ਹੈ ਜਿੱਥੋਂ ਕੌਮ ਦੇ ਨਾਂ ਸਿਰਫ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ, ਬਾਕੀ ਤਖਤਾਂ ਤੋਂ ਨਹੀਂ। ਤਖਤਾਂ ਦੀ ਡਿਗਨਿਟੀ ਮਹੱਤਤਾ ਜਿਹੜੀ ਹੈ ਉਹ ਕੋਈ ਛੁੱਟਿਆ ਨਹੀਂ ਜਾ ਸਕਦੀ, ਲੇਕਿਨ ਪੰਥਕ ਫੈਸਲੇ ਹੁਕਮ ਜਿਹੜਾ ਕੌਮ ਨੂੰ ਦੇਣਾ, ਕੋਈ ਆਰਡਰ ਹੁਕਮ ਨੂੰ ਦੇਣਾ, ਹੁਕਮਨਾਮਾ ਦੇਣਾ, ਉਸ ਲਈ ਅਕਾਲ ਤਖਤ ਤੋਂ ਬੰਦਾ ਕੀਤਾ ਜਾਂਦਾ ਹੈ ਅਤੇ ਦਿੰਦੇ ਹੈ। ਇਹ ਮਰਯਾਦਾ ਚੱਲੀ ਹੈ। ਸਿੱਖੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ,